ਹੈਲੋ ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਸਵਾਦ ਖਾਣਾ। ਮੈਂ ਅੱਜ ਤੁਹਾਡੇ ਨਾਲ ਚਨਾ ਦਾਲ ਔਰ ਲੌਕੀ ਕੀ ਦਾਲ ਸ਼ੇਅਰ ਕਰਨ ਜਾ ਰਹੀ ਹਾਂ। ਇਹਦੇ ਵਾਸਤੇ ਮੇਰੇ ਕੋਲ ਹੈ ਇੱਕ ਕਟੋਰੀ, ਮੈਂ ਦਾਲ ਦੀ ਲਈ ਹੈ ਚਨਾ ਦਾਲ, ਔਰ ਬਿਲਕੁਲ ਧੋ ਲਈ ਹੈ, ਇਹਨੂੰ ਸਾਫ ਕਰ ਲਿਆ, ਕਲੀਨ ਕਰ ਲਿਆ। ਔਰ ਮੇਰੇ ਕੋਲ ਇੱਕ ਘੀ ਆਇਆ ਔਰ ਨਮਕ ਹੈ, ਹਲਦੀ ਹੈ, ਅਤੇ ਮੈਂ ਤੜਕੇ ਜੋ ਆਪਾਂ ਤੜਕਾ ਲਗਾਉਣਾ ਉਹਦੇ ਵਾਸਤੇ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆਪਾਂ ਕੀ ਕੀ ਤਿਆਰ ਕਰਨਾ। ਪਹਿਲਾਂ ਆਪਾਂ ਦਾਲ ਕਰਦੇ ਹਾਂ। ਮੈਂ ਘੀਆ ਕੱਟ ਲੈਂਦੀ ਹਾਂ। ਇਸ ਤਰ੍ਹਾਂ ਆਪਾਂ ਇਸ ਨੂੰ ਪੀਲ ਕਰ ਲੈਣਾ ਉੱਪਰ ਉੱਪਰ, ਇਸ ਤਰ੍ਹਾਂ ਕਰ ਲਵਾਂਗੇ। ਜੋ ਮੋਟੀ ਇਹਦੀ ਛਿੱਲ ਹੁੰਦੀ ਆ ਉਹ ਤਪਾ ਤਾਰ ਲਵਾਂਗੇ। ਕਈ ਦਾ ਬਾਅਦ ਇਸ ਤਰ੍ਹਾਂ ਹੀ ਕਰਕੇ ਚੱਲ ਜਾਂਦਾ, ਪਰ ਮੈਂ ਤਾਂ ਉੱਤਰ ਹੀ ਆ, ਮੈਂ ਇਸ ਤਰ੍ਹਾਂ ਕਰ ਰਹੀ ਹਾਂ। ਇਸ ਤਰ੍ਹਾਂ ਛਿੱਲ ਲਵਾਂਗੇ। ਮੈਂ ਛਿੱਲ ਲਿਆ ਔਰ ਇਹਨੂੰ ਧੋ ਲਿਆ ਆ, ਅਤੇ ਮੈਂ ਹੁਣ ਵਿੱਚ ਕੱਟ ਕਰ ਲਿਆ। ਅਗਰ ਜੇ ਬੀਜ ਬਹੁਤੇ ਵੱਡੇ ਨਹੀਂ ਹੈ, ਪੱਕੇ ਨਹੀਂ ਹੈ ਤਾਂ ਠੀਕ ਹੈ, ਅਗਰ ਪੱਕੇ ਹੋਏ ਆ ਤੁਸੀਂ ਥੋੜ੍ਹੇ ਕੱਢ ਦਿਓ। ਅਤੇ ਹੁਣ ਆਪਾਂ ਇਸ ਤਰ੍ਹਾਂ ਬੜੇ ਬੜੇ ਪੀਸਿਸ ਦੇ, ਬੜੇ ਵੀ ਨਹੀਂ ਠੀਕ ਜਿਹੇ ਪੀਸਿਸ ਕੱਟ ਲਵਾਂਗੇ, ਅਤੇ ਫਿਰ ਆਪਾਂ ਦਾਲ ਦੇ ਵਿੱਚ ਮਿਕਸ ਕਰਾਂਗੇ। ਇਸ ਤਰ੍ਹਾਂ ਆਪਾਂ ਕਰ ਲੈਣਾ। ਮੈਂ ਕੁੱਕਰ ਰੱਖਿਆ ਹੋਇਆ, ਇਸ ਦੇ ਵਿੱਚ ਆਪਾਂ ਪਹਿਲਾਂ ਪਾਣੀ ਪਾ ਦੇਵਾਂਗੇ, ਅਤੇ ਹੁਣ ਚਨਾ ਦਾਲ ਆਪਾਂ ਪਾਵਾਂਗੇ। ਇਸ ਤਰ੍ਹਾਂ ਆਪਾਂ ਘੀਆ ਵੀ ਐਡ ਕਰ ਦੇਵਾਂਗੇ। ਇਹਦੇ ਵਿੱਚ ਮੈਂ ਹਾਫ ਚਮਚ ਇਸ ਤਰ੍ਹਾਂ ਹਲਦੀ ਪਾਵਾਂਗੀ, ਇੱਕ ਟੀਸਪੂਨ ਨਮਕ, ਥੋੜ੍ਹਾ ਜਿਹਾ ਆਪਾਂ ਇਸ ਤਰ੍ਹਾਂ ਹਿਲਾ ਕੇ ਦੇਖ ਲਵਾਂਗੇ। ਅਗਰ ਪਾਣੀ ਘੱਟ ਲੱਗਦਾ ਤਾਂ ਆਪਾਂ ਪਾਣੀ ਬਿਲਕੁਲ ਠੀਕ ਹੈ, ਮੈਂ ਹਲਦੀ ਥੋੜ੍ਹੀ ਹੋਰ ਐਡ ਕਰੂੰਗੀ। ਹਲਦੀ ਦਾ ਪੌਣਾ ਚਮਚ ਪਾਇਆ, 3/4 ਇੱਕ ਚਮਚ ਮੈਂ ਪਾ ਦੇਵਾਂਗੀ। ਅਤੇ ਹੁਣ ਆਪਾਂ ਕੁੱਕ ਗੈਸ ਚਲਾਉਂਦੇ ਹਾਂ। ਗੈਸ ਬੰਦ ਕਰਦੇ ਹਾਂ, ਫਿਰ ਤਾਂ ਆਪਾਂ ਆਫਟਰ 20 ਮਿੰਟ ਚੈੱਕ ਕਰਦੇ ਹਾਂ। ਕੁੱਕਰ 'ਚ ਮੈਂ ਥੋੜ੍ਹਾ ਇਸ ਤਰ੍ਹਾਂ ਪਾਣੀ ਛੱਡ ਦੇਵਾਂਗਾ, ਜੋ ਕਿ ਇਹਦੀ ਗੈਸ ਤਾਂ ਨਿਕਲ ਜਾਵੇ। ਚੈੱਕ ਕਰਦੇ ਹਾਂ, ਦਾਲ ਆਪਣੀ ਪੱਕ ਚੁੱਕੀ ਹੈ ਥੋੜ੍ਹੀ। ਆਪਾਂ ਹੁਣ ਇਸ ਤਰ੍ਹਾਂ ਖੁੱਲ੍ਹਾ ਹੀ ਪਕਾਵਾਂਗੇ ਇਸਨੂੰ, ਜੋ ਕਿ ਥੋੜ੍ਹੀ ਗਾੜੀ ਹੋ ਜਾਏ। ਦੁਬਾਰਾ ਆਪਾਂ ਫਿਰ ਗੈਸ 'ਤੇ ਰੱਖਦੇ ਹਾਂ। ਦਾਲ ਆਪਾਂ ਗੈਸ 'ਤੇ ਦੁਬਾਰਾ ਫਿਰ ਰੱਖ ਦਿੱਤੀ ਆ। ਆਪਾਂ ਹੁਣ ਇਸ ਤਰ੍ਹਾਂ ਕਰਾਂਗੇ, ਜੋ ਆਪਣੇ ਬੜੇ ਪੀਸਿਸ ਦਿਖਦੇ ਆ ਅਤੇ ਆਪਾਂ ਇਸ ਤਰ੍ਹਾਂ, ਅਗਰ ਤੁਸੀਂ ਲਾਈਕ ਕਰਦੇ ਹੋ ਖੜੇ ਖੜੇ ਪੀਸਿਸ 'ਚ ਤਾਂ ਠੀਕ ਹੈ, ਉਹਨੂੰ ਥੋੜ੍ਹੇ ਆਪਾਂ ਇਸ ਤਰ੍ਹਾਂ ਉਹਨਾਂ ਨੂੰ ਪ੍ਰੈਸ ਕਰਕੇ ਇਹਨਾਂ ਨੂੰ ਥੋੜ੍ਹੇ ਮੈਸ਼ ਕਰ ਦੇਵਾਂਗੇ। ਦਾਲ ਵੀ ਆਪਣੀ ਬਿਲਕੁਲ ਰੈਡੀ ਹੋ ਚੁੱਕੀ ਹੈ, ਇਸ ਤਰ੍ਹਾਂ ਗਾੜੀ ਹੋ ਗਈ ਹੈ। ਆਪਾਂ ਇਸ ਤਰ੍ਹਾਂ ਜ਼ਿਆਦਾ ਗਾੜੀ ਨਹੀਂ ਕਰਨੀ, ਜਦੋਂ ਆਪਾਂ ਤੁੜਕਾ ਵਿੱਚ ਮਿਲਾਵਾਂਗੇ ਤਾਂ ਫਿਰ ਹੋਰ ਹੋ ਜਾਏਗੀ, ਤਾਂ ਆਪਾਂ ਇਸ ਤਰ੍ਹਾਂ ਹੀ ਰੱਖਦੇ ਹਾਂ, ਠੀਕ ਹੈ ਜੀ। ਅਤੇ ਹੁਣ ਮੈਂ ਤੁਹਾਨੂੰ ਸ਼ੋਅ ਕਰਦੀ ਹਾਂ ਤੁਹਾਨੂੰ ਤੜਕੇ ਵਾਸਤੇ ਕੀ ਕੀ ਚਾਹੀਦਾ। ਤੜਕੇ ਵਾਸਤੇ ਨੇ ਮੇਰੇ ਕੋਲ, ਮੈਂ 3 ਛੋਟੇ ਪਿਆਜ਼ ਕੱਟੇ ਹੋਏ ਆ, ਇਸ ਤਰ੍ਹਾਂ ਕੱਟ ਲੈਣੇ ਮੀਡੀਅਮ ਜੀ, ਔਰ 1 ਫੁੱਲ ਲਸਣ ਸੀ ਜਿਸ ਤਰ੍ਹਾਂ 8-10 ਤੁਰੀਆਂ ਬਰੀਕ ਕੱਟਿਆ ਹੋਇਆ, ਅਦਰਕ ਮੈਂ 7-8 ਮਿਰਚਾਂ ਲਈਆਂ ਸੀ ਹਾਫ ਇਸ ਤਰ੍ਹਾਂ ਬਰੀਕ ਕੱਟ ਲਈਆਂ, ਅਤੇ ਥੋੜ੍ਹੇ ਕੁਛ ਕੱਟ ਦਿੱਤੇ ਆ। 1 ਟਮਾਟਰ ਹੈ ਮੇਰੇ ਕੋਲ, ਔਰ ਧਨੀਆ ਆ ਗਾਰਨਿਸ਼ ਵਾਸਤੇ, ਔਰ ਥੋੜ੍ਹੀਆਂ ਰੈੱਡ ਚਿੱਲੀ ਲਾਲ ਮਿਰਚ ਲਈ ਹੈ, ਅਤੇ ਸਪਾਈਸਿਸ ਨੇ ਥੋੜ੍ਹਾ ਆਪਾਂ ਨਮਕ ਐਡ ਕਰਾਂਗੇ ਉਹ ਘੱਟ ਹੋਏਗਾ, ਔਰ ਜੀਰਾ
गरम मसाला और हिंग तेल लवांगे आप। ठीक है जी, आप शुरू कर दें। साथ ही अपना गर्म हो गया तो मैं बड़ा अनियन हाफ पाऊंगी चम्मच, तो थोड़ा जहा तेल आप गर्म कर दें। एक दो पिंच अपन हिंग ऐड कर देंगे। एक चम्मच वन एंड हाफ टी स्पून में, सॉरी दोनों चम्मच में जीरा पाऊंगे। जीरा अपना थोड़ा पक्के पे होना था, लहसुन ऐड कर देंगे। लहसुन थोड़ा ज़्यादा ब्राउन नहीं करेंगे, तो थोड़ा पीस पीस के रखेंगे करेंगे, और प्याज देना मतलब पक्के है हाँ, तो प्याज ऐड कर देंगे। हम अपन ब्राउन करेंगे, प्याज अपने इस तरह ब्राउन हो चुके हैं, तो अपन हम अदरक और मिर्च ऐड कर देंगे। थोड़ा इसको धनिया में जो डल रहा है वो कर देंगे बीच में, थोड़ा इस तरह धनिया भी लेंगे। मैं दाल के बीच नमक और मैंने पाता है, मैं वन एंड हाफ टी स्पून हो पा रही हूँ, क्योंकि अपने टेस्ट के अकॉर्डिंग मेरे नमक का पा सकते हो। थोड़ा सा टमाटर अच्छे हैं अपना टमाटर मैश हो गया, तो मैं हम बीच गरम मसाला ऐड कर दूंगी, उसको हाफ वन टीस्पून गैस अपना वो रखेंगे। तो हम थोड़ा अपना पकाने के बाद दाल अपनी रेडी हो गई, वैसे दाल रखेंगे अपन सर्व कर दें। लाइक में रखा हुआ तो हम गार्निश वास्ते धनिया और मिर्चा करेंगे, मैं थोड़ा जहा हम इस तरह अपन तेल ऐड करेंगे। आपके पीस को अपन जीरा पा देंगे, थोड़ी
ਧਨੀਆ ਫਿਰ ਆਪਾਂ ਥੋੜ੍ਹਾ ਜਿਹਾ ਇਸ ਤਰ੍ਹਾਂ ਭੁੰਨ ਕੇ ਪਾਉਣੀ ਆ, ਤਾਂ ਫਿਰ ਪੀਲਾ ਨਹੀਂ ਹੁੰਦਾ, ਉਸ ਤਰ੍ਹਾਂ ਹਰਾ ਹੀ ਰਹਿੰਦਾ ਹੈ। ਸਮੈਲ ਵੀ ਵਧੀਆ ਆਉਂਦੀ ਹੈ, ਵਧੀਆ ਫਲੇਵਰ ਐਡ ਹੋ ਜਾਂਦਾ। ਆਪਣਾ ਹੁਣ ਰੈਡੀ ਹੋ ਗਿਆ, ਤਾਂ ਆਪਾਂ ਹੁਣ ਗਾਰਨਿਸ਼ ਕਰਦੇ। ਆਪਣੀ ਘਿਆਵਾ ਚਨਾ ਦਾਲ ਰੈਡੀ ਹੋ ਚੁੱਕੀ ਆ, ਜੋ ਕਿ ਬਹੁਤ ਹੀ ਹੈਲਦੀ ਹੁੰਦੀ ਆ, ਖਾਣ ਲਈ ਵੀ ਟੇਸਟੀ ਹੁੰਦੀ ਆ। ਅਤੇ ਤੁਸੀਂ ਵੀ ਆਪਣੀ ਇਸ ਤਰ੍ਹਾਂ ਘਰ ਵਿੱਚ ਟਰਾਈ ਕਰਨਾ। ਮੇਰੀ ਵੀਡੀਓ ਚੰਗੀ ਲੱਗੀ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ ਫੋਰ ਵਾਚਿੰਗ, ਬਾਏ।